ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਸਾਹਿਬ ਵੱਲੋਂ ਦਰਬਾਰ ਸੰਪਰਦਾਇ ਸਾਹਿਬ ਲੋਪੋ ਸਾਹਿਬ ਨਾਲ ਜੁੜੀਆਂ ਹੋਈਆਂ ਸਮੂਹ ਗੁਰਸੰਗਤਾਂ ਨੂੰ ਬੇਨਤੀ ਕਰਦਾ, ਸੰਤ ਆਸ਼ਰਮ ਲੋਪੋ, ਸੰਤ ਆਸ਼ਰਮ ਜਗਰਾਓਂ, ਸੰਤ ਆਸ਼ਰਮ ਤਖਤੂਪੁਰਾ ਜਾਂ ਸੰਤ ਆਸ਼ਰਮ ਸ਼੍ਰੀ ਅਨੰਦਪੁਰ ਸਾਹਿਬ, ਸਾਰੇ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਜਿੱਥੇ ਵੀ ਆ ਕੁਦਰਤ ਦਾ ਪਾਣੀ ਦਾ ਪ੍ਰਕੋਪ ਚੱਲ ਰਿਹਾ, ਬਹੁਤ ਦੁੱਖ ਹੋਇਆ ਦੇਖ ਕੇ। ਸਾਡੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਅਤੇ ਲੋਕ ਵਿਚਾਰੇ ਕੋਠਿਆਂ 'ਤੇ ਚੜ੍ਹੇ ਬੈਠੇ ਨੇ, ਉਹਨਾਂ ਲਈ ਭੋਜਨ ਪਾਣੀ ਦਾ ਪ੍ਰਬੰਧ ਕਰਨਾ ਆਪਣਾ ਫਰਜ਼ ਬਣਦਾ। ਸੋ ਮੈਂ ਸਾਰੇ ਪ੍ਰਬੰਧਕਾਂ ਨੂੰ ਬੇਨਤੀ ਕਰੂੰਗਾ ਔਰ ਲੋਪੋ ਸੰਪਰਦਾਇ ਨਾਲ ਜੁੜੀਆਂ ਹੋਈਆਂ ਸਮੁੱਚੀਆਂ ਗੁਰਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰੂੰਗਾ। ਸਾਰੀਆਂ ਗੁਰਸੰਗਤਾਂ ਥਾਂ ਪਰ ਥਾਂ ਪਹੁੰਚ ਕੇ ਜਿੰਨੀ ਵੀ ਆਪਾਂ ਸਹਾਇਤਾ ਕਰ ਸਕਦੇ ਹਾਂ, ਪ੍ਰਸ਼ਾਦਾ ਪਾਣੀ ਪਹੁੰਚਾਓ, ਜੋ ਵੀ ਲੋੜਾਂ ਨੇ, ਜ਼ਰੂਰਤਾਂ ਨੇ, ਜੋ ਪਾਣੀ ਚਾਹੀਦਾ, ਬੋਤਲਾਂ, ਜੇ ਕੋਈ ਲੀੜਾ ਕੱਪੜਾ ਚਾਹੀਦਾ ਜਾਂ ਕੋਈ ਰਹਿਣ ਲਈ ਆਪਾਂ ਸੰਗਤਾਂ ਨੂੰ ਪ੍ਰਬੰਧ ਚਾਹੀਦਾ, ਆਪਣੇ ਜਿੱਥੇ ਵੀ ਆਸ਼ਰਮ ਨੇ ਬੇਨਤੀ ਕਰੋ ਔਰ ਸੰਗਤਾਂ ਤੱਕ ਪਹੁੰਚ ਕਰੋ ਵੀ ਤੁਸੀਂ ਆਓ ਭਾਈ, ਇੱਥੇ ਜੋ ਵੀ ਅਸੀਂ ਸਹਾਇਤਾ ਕਰ ਸਕਦੇ ਹਾਂ ਰਹਿਣ ਵਾਸਤੇ ਉਹ ਹਾਜ਼ਰ ਹੈ, ਔਰ ਨਾਲ ਆਪਣੀਆਂ ਗੱਡੀਆਂ ਮੋਟਰਾਂ 'ਤੇ ਜਾ ਕੇ ਵੱਧ ਤੋਂ ਵੱਧ ਪ੍ਰਸ਼ਾਦਾ, ਚਾਹ, ਪਾਣੀ ਸੰਗਤਾਂ ਤੱਕ ਪਹੁੰਚਦਾ ਕਰੋ। ਇਹ ਦਾਸ ਵੱਲੋਂ ਲੋਪੋ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਸਮੁੱਚੀਆਂ ਗੁਰਸੰਗਤਾਂ ਅਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਆਓ ਭਰਾਵੋ, ਰਲ ਮਿਲ ਕੇ ਆਪਾਂ ਇਹਦੇ ਵਿੱਚ ਜੋ ਵੀ ਸਹਿਯੋਗ ਕਰ ਸਕਦੇ ਹਾਂ, ਕਿਉਂਕਿ ਛੋਟੇ ਛੋਟੇ ਬੱਚੇ ਨੇ, ਬਜ਼ੁਰਗ ਨੇ, ਨੌਜਵਾਨ, ਸਾਰੇ ਭੈਣ ਭਰਾ, ਇਹ ਜੋ ਵੀ ਜਿੱਥੇ ਵੀ ਇਹ ਪਾਣੀ ਦਾ ਜ਼ਿਆਦਾ ਪ੍ਰਕੋਪ ਹੈ, ਦਾਸ ਤਾਂ ਵਿਦੇਸ਼ 'ਚ ਹੈ, ਜੇ ਇੱਥੇ ਹੁੰਦਾ ਤਾਂ ਅਸੀਂ ਵੀ ਪਹੁੰਚ ਕਰਦੇ, ਆਪ ਜਾਂਦੇ, ਪਰ ਹੁਣ ਅਸੀਂ ਬੇਨਤੀ ਕਰਦੇ ਹਾਂ ਸਾਰੀ ਗੁਰਸੰਗਤ ਨੂੰ, ਕਿਰਪਾ ਕਰੋ। ਸਾਰੇ ਪ੍ਰਬੰਧਕ ਸੇਵਾਦਾਰ ਮੈਂ ਸੁਨੇਹਾ ਵੀ ਤੁਹਾਨੂੰ ਦਿੱਤਾ, ਫਿਰ ਵੀ ਬੇਨਤੀ ਕਰਦਾ, ਇਹ ਫੇਸਬੁੱਕ ਰਾਹੀਂ ਬੇਨਤੀ ਕਰਨ ਦਾ ਕਾਰਨ ਇਹ ਹੈ ਵੀ ਇਹ ਬਹੁਤਾਂਤ ਲੋਕਾਂ ਤੱਕ ਪਹੁੰਚ ਹੋ ਜਾਂਦੀ ਹੈ। ਜਿਹੜੇ ਵੀ ਮੇਰੇ ਪਿਆਰੇ ਗੁਰਮੁਖ ਦੋਸਤ, ਮਿੱਤਰ, ਸੱਜਣ, ਸਾਥੀ, ਭੈਣ ਭਰਾ ਮੇਰੀ ਆਵਾਜ਼ ਸੁਣ ਰਹੇ ਹੋ, ਕਿਰਪਾ ਕਰਕੇ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਕਰ ਸਕਦੇ ਹਾਂ, ਵੱਧ ਤੋਂ ਵੱਧ ਸਹਾਇਤਾ ਕਰ ਸਕਦੇ ਹੋ, ਵੱਧ ਤੋਂ ਵੱਧ ਮਦਦ ਕਰ ਸਕਦੇ ਹਾਂ, ਉਹ ਆਪਾਂ ਆਓ ਰਲ ਮਿਲ ਕੇ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਸੱਜਣਾ ਭੈਣਾਂ ਭਰਾਵਾਂ ਦਾ ਸਾਥ ਦੇਈਏ, ਨਾਲ ਉਹਨਾਂ ਦੇ ਹੌਸਲੇ ਵੀ ਬੁਲੰਦ ਹੋਣਗੇ ਔਰ ਨਾਲ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਕਿਉਂਕਿ ਭੋਜਨ ਪਾਣੀ ਬਹੁਤ ਜ਼ਰੂਰੀ ਹੈ, ਆਪਾਂ ਪਹੁੰਚਦਾ ਕਰੀਏ। ਇਹ ਮੇਰੀ ਸਾਰੀ ਗੁਰਸੰਗਤਾਂ ਨੂੰ, ਸਾਰੀਆਂ ਜਥੇਬੰਦੀਆਂ ਨੂੰ, ਸਾਰਿਆਂ ਨੂੰ ਨਿਮਰਤਾ ਸਹਿਤ ਅਤੇ ਵਿਸ਼ੇਸ਼ ਤੌਰ 'ਤੇ ਦਰਬਾਰ ਸੰਪਰਦਾਇ ਲੋਪੋ ਸਾਹਿਬ ਦੇ ਸਾਰੇ ਅਸਥਾਨ ਅਤੇ ਸਾਰੀਆਂ ਜੁੜੀਆਂ ਹੋਈਆਂ ਗੁਰਸੰਗਤਾਂ ਨੂੰ ਇਹ ਬੇਨਤੀ ਹੈ, ਇਹਦੇ ਵਿੱਚ ਸ਼ਾਮਿਲ ਹੋਵੋ ਅਤੇ ਦਾਸ ਤੁਹਾਡਾ ਸਾਰਿਆਂ ਦਾ ਧੰਨਵਾਦੀ ਹੋਊਗਾ, ਰਿਣੀ ਹੋਊਗਾ। ਗੁਰੂ ਨਾਨਕ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਮਿਹਰ ਕਰਨ, ਇਹ ਸ਼ਾਂਤੀ ਵੀ ਹੋਵੇ, ਲੋਕ ਸਹਿਜਤਾ ਦੇ ਵਿੱਚ ਆਉਣ ਤਾਂ ਕਿ ਅਸੀਂ ਆਪਣਾ ਸੁੱਖ ਦਾ ਜੀਵਨ ਬਤੀਤ ਕਰੀਏ। ਅਰਦਾਸ ਬੇਨਤੀ ਕਰਦੇ ਹਾਂ, ਪਰ ਇਸ ਦੁੱਖ ਦੇ ਸਮੇਂ ਦੇ ਵਿੱਚ ਆਓ ਆਪਾਂ ਸਾਰੇ, ਜਿੱਥੇ ਵੀ, ਜਿਹੜੀ ਵੀ ਜਗ੍ਹਾ ਜਿੱਥੇ ਨਜ਼ਦੀਕ ਆ, ਉੱਥੇ ਵੱਧ ਤੋਂ ਵੱਧ ਸਹਾਇਤਾ ਕਰੀਏ। ਧੰਨਵਾਦ ਸਹਿਤ ਦਾਸ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।